ਕੇਂਦਰ ਵੱਲੋਂ ਰਾਜਾਂ ਵਿੱਚ ਮੌਸਮੀ ਇਨਫਲੂਐਂజా ਦੀ ਬ੍ਰੀਕਿੰਗ ਨਿਗਰਾਨੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਪਸ਼ੂਆਂ ਅਤੇ ਦੁੱਧ ਵਿੱਚ ਐਵੀਅਨ ਵਾਇਰਲ ਦਾ ਪਤਾ ਚੱਲਣ ਦੀਆਂ ਰਿਪੋਰਟਾਂ ਮਿਲਣ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਹਾਲਾਂਕਿ ਅਜੇ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਮੌਸਮੀ ਫਲੂ ਦੇ ਮਾਮਲਿਆਂ ਵਿੱਚ ਕੋਈ ਚਿੰਤਾਜਨਕ ਵਾਧਾ ਨਹੀਂ ਹੋਇਆ। ਮੌਸਮੀ ਇਨਫਲੂਐਂਜ਼ਾ ਇੱਕ ਤੇਜ਼ ਸਾਦੀ ਲਾਗੇ ਜੋ ਇਨਫਲੂਐਂਜ਼ਾ ਵਾਇਰਸ ਕਾਰਨ ਹੁੰਦੀ ਹੈ ਜੋ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਫੈਲਦਾ ਹੈ ਤੇ ਕੁਝ ਮਹੀਨਿਆਂ ਦੌਰਾਨ ਇਸ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾਂਦਾ ਹੈ ਇਹ ਲਾਗ ਛੋਟੇ ਬੱਚਿਆਂ ਤੇ ਬਜ਼ੁਰਗਾਂ ਵਿੱਚ ਤੇਜ਼ੀ ਨਾਲ ਹੁੰਦੀ ਹੈ ਸਾਲ ਦੂਜਾ 9 ਵਿੱਚ ਇਨਫਲੂਐਂਜ਼ਾ A H1N1 ਦਾ ਪਹਿਲਾ ਮੰਡਸ ਸਮੇਂ ਆਉਣ ਤੋਂ ਬਾਅਦ ਭਾਰਤ ਵਿੱਚ ਹਰ ਸਾਲ ਇਸ ਦੇ ਦੋ ਵਕਫਿਆਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਉਂਦੇ ਨੇ ਪਹਿਲਾ ਜਨਵਰੀ ਤੋਂ ਮਾਰਚ ਦੇ ਵਿਚਕਾਰ ਅਤੇ ਦੂਜਾ ਮੌਨਸੂਨ ਦੇ ਬਾਅਦ ਦੇ ਮੌਸਮ ਵਿੱਚ ਸਹੀ ਸਫਾਈ ਅਪਣਾ ਕੇ ਮਨੁੱਖ ਵਿੱਚ ਇਸ ਵਾਇਰਸ ਦੇ ਸੰਚਾਰ ਨੂੰ ਰੋਕਿਆ ਜਾ ਸਕਦਾ ਹੈ